ਚਲਾ ਦਿਆ ਮੈਂ ਕਿਹਾ ਵੀ ਕੇ ਸਾਫੇ ਚ ਕੀ ਮਤਲਬ ਜੇ ਮੈਂ ਕਰਕੇ ਵੇਖਿਆ ਤੇ ਉਹਦੇ ਚ ਡੂਬਣਾ ਉਹਨੇ ਪੂਰਾ ਤਾੜਿਆ ਤੇ ਮੱਖੀਆਂ ਸਾਨੂੰ ਛੱਡ ਸੀ ਮੇਰੇ ਮਾਮੂ ਜਾਨ ਦੇ ਨਾਲ ਤੇ ਉਹਨਾਂ ਦੇ ਥੋੜੇ ਉਹ ਹਸੀ ਮਜ਼ਾਕ ਵਾਲੇ ਆ ਉਹਨਾਂ ਦੀ ਆਪਾਂ ਥੋੜੀਆਂ ਗੁਫ਼ਤਗੂਆਂ ਸੁਣਾਂਗੇ ਜਦੋਂ ਗੱਲ ਸੁਣਾਉਂਦੇ ਨਾ ਬੰਦਾ ਖੁੱਭ ਜਾਂਦਾ ਵਾ ਗੱਲ ਦੇ ਵਿੱਚ ਹੁਣ ਤੁਸੀਂ ਉਹ ਥੋੜ੍ਹੀ ਇੱਕ ਅੱਧੀ ਸਟੋਰੀ ਸੁਣਾਉਣਗੇ ਆਪਾਂ ਤੁਹਾਨੂੰ ਵੀਡੀਓ ਬਣਾਵਾਂਗਾ ਫਿਰ ਅਸੀਂ ਸ਼ੋਪਿੰਗ ਮਾਲ ਜਾਣਾ ਵਾ ਚੇਲ ਅਤੇ ਉੱਥੇ ਥੋੜ੍ਹੀ ਬਹੁਤੀ ਸ਼ੋਪਿੰਗ ਮਾਮੂ ਨੇ ਕਰਨੀ ਮਾਮੂ ਨੇ ਲਈ ਸੀ ਐਕਸਲ ਸ਼ਰਟ ਉਹਨਾਂ ਨੂੰ ਆਉਂਦੀ ਡਬਲ ਐਕਸਲ ਹੁਣ ਉਹ ਚੇਂਜ ਕਰਵਾਉਣ ਜਾਣੀ ਨਾਲ ਸ਼ਹਿਰਮ ਅਤੇ ਮੈਂ ਮਾਮੂ ਅਤੇ ਅਗਰ ਉੱਥੇ ਵੀਡੀਓ ਬਣਾਉਂਦੇ ਹੋਏ ਮੈਂ ਨਾ ਬੋਲ ਸਕਾਂ ਵੀਡੀਓ ਵੈਸੇ ਸ਼ਾਇਦ ਬਣ ਜਾਵੇ ਕਿਉਂ ਮਾਲ ਹੈਗਾ ਵਾ ਉਹਦੇ ਵਿੱਚ ਉਹਨਾਂ ਨੇ ਵੀਡੀਓ ਬਣਾਉਣ ਦੀ ਇਜਾਜ਼ਤ ਮੁਸ਼ਕਿਲ ਦੇਣੀ ਹੁੰਦੀ ਹੈ ਅਤੇ ਇਸ ਕਰਕੇ ਮਾਜ਼ਰਤ ਸ਼ੁਗਲ ਮਿਲਣਾ ਲੱਗੇਗਾ ਅਤੇ ਇੰਜੋਏ ਕਰਿਓ ਤੇ ਪੰਡਾਂ ਐਡੀਆਂ ਐਡੀਆਂ ਹੋਣੀਆਂ ਤਾਂ ਸਾਡੇ ਕੋਲ ਚੁੱਕੀਆਂ ਜਾਣੀਆਂ ਉੱਤੋਂ ਅਸੀਂ ਐਸੇ ਸੀ ਉੱਤੋਂ ਅਸੀਂ ਸ਼ਰਤ ਲਾਈ ਆਪਦੀ ਚੁੱਕਣੀ ਚੁਕਾਉਣੀ ਨੀ ਕਿਸੇ ਨੂੰ ਆਪ ਹੀ ਬੰਨਣੀ ਬੰਨ ਕੇ ਜ਼ੋਰ ਲਾ ਖੜੀ ਕਰਨੀ ਥੱਲੇ ਸਿਰ ਲਾ ਕੇ ਸਿਰ ਤੇ ਆਪ ਹੀ ਚੁੱਕਣੀ ਤੇ ਉੱਥੋਂ ਤੁਰ ਪੈਣਾ ਛੱਤ ਦੀ ਭੈੜੀ ਹਾਲਤ ਹੁੰਦੀ ਛੱਤ ਨੇ ਤੁਰਦੇ ਹੀ ਨਾ ਪੰਡ ਮੁੰਡੇ ਸੁੱਟ ਲੈਣਾ ਪੂਰਾ ਅੱਗ ਲੈਣਾ ਕੋਲ ਤੇ ਟਾਲੀਆਂ ਨਾਲ ਐਂ ਲਾ ਕੇ ਖੜੀਆਂ ਕਰਕੇ ਸਾਹ ਲੈਣਾ ਤੁਹਾਨੂੰ ਸਾਹ ਸੁਧ ਹੋਣਾ ਫਿਰ ਚੁੱਕ ਲੈਣੀ ਫਿਰ ਸਿੱਧੇ ਘਰ ਅੱਛਾ ਗੱਲ ਕਰਨ ਦੀ ਕੁਛ ਨੇ ਬਸ ਅਸੀਂ ਤੋਂ ਬੜੇ ਤੰਗ ਟਾਂ ਚੁੱਕ ਚੁੱਕ ਲਿਆ ਕੇ ਆਦੀ ਦੀ ਪੰਡਾ ਜੀ ਪਾਈ ਜਾਣੇ ਛੰਗ ਛੰਗ ਨਹੀਂ ਹੁਣ ਵੱਡੀ ਜਾ ਰਿਹਾ ਅਸੀਂ ਟਾਂ ਚੁੱਕ ਜਾਣ ਅਸੀਂ ਵੇਖਿਆ ਨਾ ਟਾਂ ਅੱਗੇ ਤਿੰਨ ਕੁ ਟਾਂ ਛੱਡ ਕੇ ਨਾ ਅੱਗੇ ਭੂੰਡਾ ਨੀ ਜੰਗਲੀ ਹੁੰਦੇ ਕਾਬਲੀ ਬੁੰਡਾ ਕਾਲੀ ਕਹਿੰਦੇ ਤੇ ਉਹ ਅਸੀਂ ਹੋਵੇ ਹਾਂ ਭੂੰਡ ਅਸੀਂ ਦੱਸਣ ਲੱਗੇ ਫਿਰ ਹੌਲੀ 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 ਪਿਛਲੇ ਪਿਛਲੇ ਪੈਰੇ ਪਛਾਣ ਚੱਲ ਅਸੀਂ ਪਿਛਲੇ ਜਾ ਖਲੋ ਕੇ ਵੇਖਣ ਲੱਗ ਪਿਆ ਜਵਾਨ ਵੱਡੇ ਜਾ ਜਦੋਂ ਕਾਣਕ ਗਿਆ ਜਵਾਨ ਰੱਖ ਕੇ ਉਹਦੇ ਮੁੱਢ ਨੂੰ ਜਦੋਂ ਮਾਰਨ ਟੱਪਾ ਥੜਾ ਭੂੰਡ ਆਏ ਬਾਲਣ ਲਏ ਤੁਸੀਂ ਅਸੀਂ ਦਵਾ ਦਵਾ ਬੰਨੀਏ ਬਾਕੀ ਵੱਡਿਆ ਛੱਡਿਆ ਛੱਡਿਆ ਕੁਹਾੜੀ ਵੀ ਉੱਥੇ ਹੀ ਮੈਂ ਕੁਹਾੜੀ ਲੈ ਆਵਾਂਗਾ ਅਸੀਂ ਤਾਂ ਪੰਡਾ ਚੁੱਕੀਆਂ ਚੱਲਣ ਦੇ ਅਸੀਂ ਘਰ ਆਏ ਆ ਬੇਬੇ ਘਰ ਅਸੀਂ ਦੋ ਤਿੰਨ ਚਾਰ ਘਰ ਬਣੇ ਤੈਨੂੰ ਕੀ ਹੋਇਆ ਤੂੰ ਅੱਜ ਮੂੰਹ ਲਟਿਆ ਭਾਜੀ ਨੇ ਸਾਫਾ ਲਾਇਆ ਮਾਜੂ ਨੂੰ ਕਿਹਾ ਯਾਰ ਸਾਫਾ ਤਾਂ ਫੜੀ ਮੈਂ ਪਿਸ਼ਾਬ ਕਰ ਲਾ ਮਾਜੂ ਨੂੰ ਸਾਫਾ ਫੜਾਇਆ ਮਾਜੂ ਨੇ ਕਿਹਾ ਸਾਫਾ ਫੜਿਆ ਉਹਦਾ ਉਹਦਾ ਵਾਸ਼ ਵਿੱਚ ਵੜ ਜਾਊਗੀ ਮਜ਼ੇਦਾਰ ਹੈ ਤੇ ਉਹਨੇ ਨਾ ਮਾਜੂ ਨੂੰ ਸਾਫਾ ਫੜਿਆ ਮਾਜੂ ਕਹਿੰਦਾ ਜਦੋਂ ਮੈਂ ਸਾਫਾ ਫੜ ਲਿਆ ਤਾਂ ਉਹ ਵਾਸ਼ਰੂਮ 'ਚ ਵੜ ਗਿਆ ਅਤੇ ਮੈਂ ਵੇਖਿਆ ਉਹ ਨਾ ਸਾਫੇ 'ਚ ਫੂ ਦੀ ਆਵਾਜ਼ਾਂ ਮੈਂ ਕਿਹਾ ਵੀ ਕਿ ਸਾਫੇ 'ਚ ਕੀ ਮਤਲਬ ਜੇ ਮੈਂ ਕਰਕੇ ਵੇਖਿਆ ਤੇ ਉਹਦੇ 'ਚ ਡੂਬਣਾ ਉਹਨੇ ਪੂਰਾ ਤਾੜਿਆ ਤੇ ਮੱਖੀਆਂ ਸਾਨੂੰ ਛੱਡ ਸੀ ਛੱਡਣ ਜੋਗਾ ਕਿ ਛੱਡਾਂ ਤੇ ਉਹਨੂੰ ਛੱਡਾਂ ਕਿੱਥੇ ਇਹ ਤੇ ਮੇਰੇ ਪਿੱਛੇ ਪੈ ਜਾਣਗੀਆਂ ਜੇ ਮੈਂ ਕਿਸੇ ਨੂੰ ਫੜਾਵਾਂ ਹੋਗਾ ਫਿਰ ਪਰਾਂ ਘਰ ਮੈਂ ਫੜਨੀਆਂ ਕਹਿੰਦਾ ਮੈਂ ਆਉਂਦੀਆਂ ਮਿੰਤਾ ਉਹ ਕਹਿੰਦਾ 15 ਮਿੰਟਾਂ ਬਾਅਦ ਆਵਾਜ਼ ਵਿੱਚੋਂ ਨਿਕਲਿਆ ਉਹ ਅੱਗੇ ਅੱਗੇ ਮੈਂ ਉਹਦੇ ਪਿੱਛੇ ਪਿੱਛੇ ਅੱਲਾ ਦਾ ਨਾ ਯਾਦ ਮੱਖੀਆਂ ਲੈ ਲਾ ਮਿੰਤਾਂ ਕਰ ਕਰਕੇ ਉਹਨੂੰ ਮੱਖੀਆਂ ਹੁੰਦੀਆਂ ਫੜਾਈਆਂ ਉਹਨੇ ਕਿੱਦਾਂ ਕੈਦ ਕਰ ਲਈ ਉਹ ਡੂਬਣਾ ਚਾਹੁੰਦੇ ਕਰ ਲਈ
जैसा कि आप जानते हैं सब्जी वगैरह ले ली, सारा कुछ शॉपिंग कर ली। स्माल नहीं, मीडियम चाहिए थी, मीडियम पर ग्रे वाली के एडा बड़ा चीज स्माल मामू दे नाप दी डबल एक्स शर्ट ही नहीं है ते साढ़े नाप दी लभी है ते मीडियम में नहीं स्माल ये सही है स्माल कन्या किड़ा सोने ਹੁਣ ਫਾਕ ਸਾਹਿਬ ਦਾ ਵੇਟ ਕਰ ਰਹੇ ਨੇ ਉੱਥੇ ਕਾਊਂਟਰ 'ਤੇ ਫਾਕ ਖੜਾ ਵਾ, ਦੇਖੋ ਕੀ ਕਰਦਾ ਹੁਣ। मिठाई का पेपर निकलवाना है, पहले तो ये मिठाई का पेपर किसी ने तो जैसा कि आप जानते हैं ये फाक साहब वो मामू आड़ू दे रहे हैं।